ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਹੋਈਆਂ ਨੇ ਕਬੂਲ ਤੇ ਖੁੱਲ ਚੁੱਕੇ ਨੇ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਸਤੇ ਰਸਤੇ। ਕਿਵੇਂ ਪਾਕਿਸਤਾਨ ਨੂੰ ਜਾਣਾ ਹੈ, ਕੀ ਹੈ ਸਾਰਾ ਪ੍ਰੋਸੈਸ, ਕਿਵੇਂ ਰਜਿਸਟ੍ਰੇਸ਼ਨ ਕਰਾਉਣੀ ਹੈ, ਕੀ ਪਾਸਪੋਰਟ ਦੀ ਜ਼ਰੂਰਤ ਹੈ, ਕਿੰਨੀ ਫੀਸ ਹੈ, ਕਿੱਥੇ ਫੀਸ ਦੇਣੀ ਹੈ, ਰਜਿਸਟ੍ਰੇਸ਼ਨ ਤੋਂ ਬਾਅਦ 'ਚ ਕਿਵੇਂ ਸਾਰਾ ਪ੍ਰੋਸੈਸ ਹੈ, ਅਤੇ ਕਿਵੇਂ ਗੁਰਦੁਆਰੇ ਤੱਕ ਜਾਣਾ ਹੈ, ਅਤੇ ਕਿੰਨੇ ਟਾਈਮ ਵਾਸਤੇ ਸੰਗਤ ਜਾ ਸਕਦੀ ਹੈ ਅਤੇ ਆ ਸਕਦੀ ਹੈ, ਇਹ ਸਾਰਿਆਂ ਸਵਾਲਾਂ 'ਤੇ ਕਰਾਂਗੇ ਅੱਜ ਆਪਾਂ ਗੱਲ। ਅਤੇ ਆ ਜਾਓ ਕਰਦੇ ਹਾਂ ਵੀਡੀਓ ਨੂੰ ਸ਼ੁਰੂ। ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਜਾਣ ਵਾਸਤੇ ਕਿਵੇਂ ਰਜਿਸਟ੍ਰੇਸ਼ਨ ਕਰਾਉਣੀ ਹੈ ਅਤੇ ਕੀ ਪੇਪਰ ਲੱਗਣੇ ਹੈ, ਇਹਦੇ ਬਾਰੇ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਗੱਲ। ਅਤੇ ਦੂਸਰੀਆਂ ਗੱਲਾਂ ਜਿਵੇਂ ਉੱਥੇ ਕਿੰਨੀ ਫੀਸ ਲੱਗਣੀ ਹੈ ਉਹਦੇ ਬਾਰੇ ਵੀ ਕਰਾਂਗੇ ਤੁਹਾਨੂੰ ਸਾਰੀ ਜਾਣਕਾਰੀ। ਤਾਂ ਪਹਿਲਾਂ ਕਰਦੇ ਹਾਂ ਆਪਾਂ ਰਜਿਸਟ੍ਰੇਸ਼ਨ, ਬਾਅਦ 'ਚ ਕਰਦੇ ਹਾਂ ਆਪਾਂ ਬਾਕੀਆਂ ਸਵਾਲਾਂ 'ਤੇ। ਆ ਜਾਓ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਸਤੇ ਸਭ ਤੋਂ ਪਹਿਲਾਂ ਤਾਂ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ। ਰਜਿਸਟ੍ਰੇਸ਼ਨ ਕਰਾਉਣ ਵਾਸਤੇ ਕੀ ਚਾਹੀਦਾ ਹੈ, ਪੰਜਾਬ ਸਰਕਾਰ ਵੱਲੋਂ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਹੈ ਪ੍ਰਕਾਸ਼ ਪੁਰਬ 550mha.gov.in। ਪ੍ਰਕਾਸ਼ ਪੁਰਬ 550 ਮਿਨਿਸਟਰੀ ਆਫ ਹੋਮ ਅਫੇਅਰ mha.government.in। ਅਤੇ ਅੱਜ ਪਹਿਲਾਂ ਆਪਾਂ ਕਰਾਉਂਦੇ ਹਾਂ ਰਜਿਸਟ੍ਰੇਸ਼ਨ, ਬਾਕੀ ਕਰਦੇ ਹਾਂ ਗੱਲਾਂ ਬਾਅਦ 'ਚ। ਰਜਿਸਟ੍ਰੇਸ਼ਨ ਕਰਾਉਣ ਵਾਸਤੇ ਸਭ ਤੋਂ ਪਹਿਲਾਂ 3 ਚੀਜ਼ਾਂ ਦੀ ਜ਼ਰੂਰਤ ਹੈ। ਇੱਕ ਪਾਸਪੋਰਟ ਦੀ ਫਰੰਟ ਸਾਈਡ PDF ਫਾਈਲ ਵਿੱਚ, ਅਤੇ ਪਾਸਪੋਰਟ ਦੀ ਬੈਕ ਸਾਈਡ ਉਹ ਵੀ PDF ਫਾਈਲ ਵਿੱਚ ਪਰ 500 KB ਤੋਂ ਘੱਟ, ਅਤੇ ਤੀਸਰੀ ਇੱਕ ਪਾਸਪੋਰਟ ਸਾਈਜ਼ ਫੋਟੋ ਡਿਜੀਟਲ। ਓਕੇ, ਵੈਬਸਾਈਟ ਖੋਲ੍ਹਦੇ ਆਪਾਂ ਪ੍ਰਕਾਸ਼ ਪੁਰਬ 550 mha.gov.in ਜਿਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ। ਇਹਦੇ ਵਿੱਚ ਸਾਰੀ ਡਿਟੇਲ ਦਿੱਤੀ ਗਈ ਹੈ, ਇੰਸਟਰਕਸ਼ਨ ਲਿਖੇ ਹੋਏ ਆ ਕਿ ਸਾਰੀ ਜਾਣਕਾਰੀ, ਤੁਸੀਂ 7 ਕਿਲੋ ਵੇਟ ਲੈ ਕੇ ਜਾ ਸਕਦੇ ਹਾਂ, ਕੀ ਲੈ ਕੇ ਜਾ ਸਕਦੇ ਹਾਂ, ਕੀ ਨਹੀਂ ਲੈ ਕੇ ਜਾ ਸਕਦੇ। ਸਾਰੀ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ 'ਚ ਇੱਕ ਪ੍ਰਿੰਟ ਆਊਟ ਕੱਢ ਲੈਣਾ ਹੈ ਅਤੇ ਤੁਹਾਨੂੰ ਇੱਕ SMS ਆ ਜਾਊਗਾ ਅਤੇ ਕਿ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਤੁਹਾਡੀ ਜਦੋਂ ਰਜਿਸਟ੍ਰੇਸ਼ਨ ਕੰਪਲੀਟ ਹੋ ਜਾਂਦੀ ਹੈ ਅਤੇ ਤੁਹਾਡੀ ਜਾਣ ਵਾਲੀ ਡੇਟ ਤੋਂ 4 ਦਿਨ ਪਹਿਲਾਂ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਊਗਾ ਕਿ ਤੁਸੀਂ ਇਸ ਤਰੀਕ ਨੂੰ ਇਸ ਟਾਈਮ 'ਤੇ ਜਾ ਸਕਦੇ ਹੋ। ਇੱਥੇ ਕਰਨਾ ਆ ਅਪਲਾਈ ਔਨਲਾਈਨ। ਪਹਿਲਾਂ ਤਾਂ ਨੈਸ਼ਨੈਲਿਟੀ ਸਿਲੈਕਟ ਕਰਨੀ ਆ ਇੰਡੀਅਨ, ਜੇ ਫੋਰਨਰ ਆ ਤਾਂ ਜਿਹਨਾਂ ਕੋਲ OCI ਕਾਰਡ ਆ ਉਹ OCI ਫੋਰਨਰ 'ਤੇ ਕਲਿੱਕ ਕਰ ਸਕਦੇ ਹਾਂ, ਪਰ ਆਪਾਂ ਇੰਡੀਅਨ ਆ, ਮੈਂ ਇੰਡੀਅਨ ਸਿਲੈਕਟ ਕਰਦਾ। ਡੇਟ, ਮੈਂ ਕਿਹੜੀ ਡੇਟ ਨੂੰ ਜਾਣਾ ਚਾਹੁੰਦਾ, ਤਾਂ ਮੈਂ ਇੱਥੇ 1 ਦਸੰਬਰ ਨੂੰ ਜਾਣਾ ਚਾਹੁੰਦਾ। ਜੇ ਤਾਂ 1 ਦਸੰਬਰ ਨੂੰ ਜਿਵੇਂ 5000 ਯਾਤਰੀ ਹੀ ਜਾ ਸਕਦੇ ਆ, ਉਹਨਾਂ ਨੇ ਸ਼ਰਤ ਰੱਖੀ ਹੋਈ ਆ, ਜੇਕਰ ਉਹ ਸਲੋਟ ਭਰ ਜਾਂਦਾ ਹੈ, ਇੱਥੇ ਜਿੱਥੇ ਜੈਸ ਲਿਖਿਆ ਹੈ ਇੱਥੇ ਨੋ ਲਿਖਿਆ ਵਾ ਆਊਗਾ, ਪਰ ਇਹ ਡੇਟਾਂ ਖਾਲੀ ਹੋਣ ਕਰਕੇ ਮੈਨੂੰ 1 ਤਰੀਕ ਖਾਲੀ ਮਿਲ ਰਹੀ ਹੈ, ਮੈਂ 1 ਤਰੀਕ ਸਿਲੈਕਟ ਕਰਕੇ ਤਾਂ ਅੱਗੇ ਜਾ ਰਿਹਾ। ਓਕੇ, ਨੈਕਸਟ ਕੀ ਹੈ, ਪਹਿਲਾਂ ਸਭ ਤੋਂ ਪਹਿਲਾਂ ਤਾਂ ਇੱਕ ਪਾਸਪੋਰਟ ਮੰਗ ਰਹੇ ਆ ਉਹ, ਕਿ ਪਾਸਪੋਰਟ ਤੁਹਾਡਾ ਕਿਹੜਾ ਆ। ਮੇਰਾ ਆਰਡੀਨਰੀ ਪਾਸਪੋਰਟ ਹੈ, ਮੈਂ ਨੰਬਰ ਲਿਖ ਰਿਹਾ ਕਿ ਪਹਿਲੀ ਗੱਲ ਤਾਂ ਇੱਥੇ ਪਹਿਲਾਂ ਤਾਂ ਪਾਸਪੋਰਟ ਨੰਬਰ ਮੰਗ ਰਹੇ ਆ, ਫਿਰ ਉਸਦੀ ਡੇਟ ਆਫ ਇਸ਼ੂ, ਫਿਰ ਡੇਟ ਆਫ ਐਕਸਪਾਇਰੀ, ਫਿਰ ਕਿੱਥੋਂ ਕਿਹੜੇ ਪਲੇਸ ਤੋਂ ਉਹ ਇਸ਼ੂ ਹੋਇਆ ਉਹਦੀ ਜਾਣਕਾਰੀ, ਨਾਮ, ਫਾਦਰ ਨੇਮ, ਮੇਲ ਫੀਮੇਲ ਇੱਥੇ ਭਰਨਾ। ਚਲੋ ਮੈਂ ਜਲਦੀ ਜਲਦੀ ਭਰਦਾ ਹੁਣ। ਡੇਟ ਆਫ ਇਸ਼ੂ 15, ਚਲੋ 1 ਜਨਵਰੀ 2015 ਕਰ ਦਿੰਦਾ। ਡੇਟ ਆਫ ਐਕਸਪਾਇਰੀ 1 ਜਨਵਰੀ 2025 ਕਰ ਦਿੰਦਾ। ਓਕੇ, ਡੇਟ ਆਫ ਇਸ਼ੂ, ਇਸ਼ੂ ਪਾਸਪੋਰਟ ਕਿੱਥੋਂ ਹੋਇਆ, ਮੇਰਾ ਜਲੰਧਰ ਤੋਂ ਹੋਇਆ, ਮੈਂ ਜਲੰਧਰ ਲਿਖ ਰਿਹਾ। ਇੱਥੇ ਨਾਮ,
ਜੇ ਸਰਨੇਮ ਜਾਂ ਤੁਹਾਡੇ ਪਾਸਪੋਰਟ 'ਤੇ ਸਰਨੇਮ ਲਿਖਿਆ ਹੋਇਆ ਤਾਂ ਤੁਸੀਂ ਇੱਥੇ ਸਰਨੇਮ ਲਿਖ ਸਕਦੇ ਹਾਂ, ਜੇ ਨਹੀਂ ਲਿਖਿਆ ਹੋਇਆ ਤਾਂ ਇਸਨੂੰ ਖਾਲੀ ਛੱਡ ਦਿਓ। ਉਸ ਤੋਂ ਬਾਅਦ ਫਾਦਰ ਨੇਮ, ਮੇਲ ਜਾਂ ਫੀਮੇਲ, ਇੱਕ ਇੱਥੇ ਨੰਬਰ ਦਿੱਤਾ ਹੋਇਆ ਉਹ ਨੰਬਰ ਆਪਾਂ ਲਿਖਣਾ ਹੈ ਇੱਥੇ GPN। ਹੁਣ ਤੁਹਾਡੀ ਡਿਟੇਲ ਇਹ ਸੇਵ ਹੋ ਚੁੱਕੀ ਆ ਅਤੇ ਟੈਂਪਰੇਰੀ ਫਾਈਲ ਨੰਬਰ ਆਪਾਂ ਨੂੰ ਮਿਲ ਚੁੱਕਾ ਹੈ। ਓਕੇ, ਹੁਣ ਆਪਾਂ ਇੱਥੇ ਕਰਨੀ ਹੈ ਡੇਟ ਆਫ ਬਰਥ ਸਿਲੈਕਟ। ਪਲੇਸ ਆਫ ਬਰਥ, ਕਿੱਥੇ ਤੁਹਾਡਾ ਬਰਥ ਹੋਇਆ। ਉਸ ਤੋਂ ਬਾਅਦ ਕੰਟਰੀ ਇੰਡੀਆ, ਐਡਰੈਸ ਜੋ ਪਾਸਪੋਰਟ 'ਤੇ ਤੁਹਾਡੇ ਐਡਰੈਸ ਦਿੱਤਾ ਹੋਇਆ ਉਹ ਇੱਥੇ ਆਪਾਂ ਐਡਰੈਸ ਲਿਖਣਾ। ਮੇਰਾ ਹੁਣ ਮੈਂ ਇੱਥੇ ਲਿਖਦਾ ਹਾਂ ਮੈਂ ਜਸਟ ਉੱਦਾਂ ਹੀ ਲਿਖ ਰਿਹਾ, ਪੰਜਾਬ, ਸਟੇਟ ਪੰਜਾਬ, ਡਿਸਟ੍ਰਿਕਟ ਜਲੰਧਰ, ਰੂਲ ਅਤੇ ਪਿੰਨ ਕੋਡ, ਕੀ ਤੁਹਾਡਾ ਪਿੰਨ ਕੋਡ ਹੈ ਉਹ। ਉਸ ਤੋਂ ਬਾਅਦ ਤੁਸੀਂ ਰੈਜੀਡੈਂਟ ਹੋ ਇੰਡੀਆ ਦੇ ਤਾਂ ਜੈਸ, ਆਧਾਰ ਨੰਬਰ ਲਿਖ ਦੇਣਾ ਅਤੇ ਪੈਨ ਕਾਰਡ ਲਿਖ ਦੇਣਾ। ਓਕੇ, ਇੱਥੇ ਆਧਾਰ ਨੰਬਰ ਮੈਂ ਲਿਖ ਦਿੱਤਾ। ਅੱਗੇ ਕੀ ਆ, ਅੱਗੇ ਜੇ ਤਾਂ ਤੁਹਾਡਾ ਐਡਰੈਸ ਸੇਮ ਆ ਪਾਸਪੋਰਟ ਵਾਲਾ ਹੀ ਤਾਂ ਤੁਸੀਂ ਇੱਥੇ ਜੈਸ ਕਰ ਸਕਦੇ ਹਾਂ, ਨਹੀਂ ਤਾਂ ਨਹੀਂ ਅਤੇ ਜੋ ਐਡਰੈਸ ਹੋਣ ਵਾਲਾ ਹੈਗਾ ਆ ਉਹ ਲਿਖਣਾ। ਫਿਰ ਇੱਕ ਨੰਬਰ ਲਿਖਣਾ ਜ਼ਰੂਰੀ ਹੈ, ਮੈਰਿਡ ਹੋ ਤਾਂ ਤੁਹਾਨੂੰ ਆਪਣੇ ਸਪਾਊਸ ਦੀ ਡਿਟੇਲ ਦੇਣੀ ਪਊਗੀ, ਇੱਥੇ ਨਾਮ, ਨੈਸ਼ਨੈਲਿਟੀ ਅਤੇ ਪਾਸਪੋਰਟ ਨੰਬਰ, ਜੇ ਨਹੀਂ ਤਾਂ ਅਨਮੈਰਿਡ 'ਤੇ ਸਿਲੈਕਟ ਕਰ ਦਿਓ। ਅੱਗੇ ਪ੍ਰੋਫੈਸ਼ਨ ਆ ਅਤੇ ਕੰਮ ਕਰ ਰਿਹਾ ਤਾਂ ਸੈਲਰੀਡ, ਅਤੇ ਕਿੱਥੇ ਕੰਮ, ਕੀ ਤੁਹਾਡਾ ਕੰਮ ਹੈ, ਕਿੱਥੇ ਇੰਪਲੋਇਰ ਦਾ ਨਾਮ ਕੀ ਹੈ, ਤੁਹਾਡੇ ਦਾ ਐਡਰੈਸ ਕੀ ਹੈ, ਜੇ ਸੈਲਫ ਇੰਪਲੋਇਡ ਹੈ ਤਾਂ ਸੈਲਫ ਇੰਪਲੋਇਡ 'ਤੇ। ਫਿਰ ਪਾਕਿਸਤਾਨ ਵਿੱਚ ਤੁਹਾਡਾ ਕੋਈ ਰਿਲੇਟਿਵ ਹੈ ਕਿ ਨਹੀਂ ਹੈ, ਜੈਸ ਜਾਂ ਨੋ, ਜੈਸ ਕਰਦੇ ਹਾਂ ਤਾਂ ਇੱਥੇ ਸਾਰੀ ਡਿਟੇਲ, ਉੱਦਾਂ ਮੋਬਾਈਲ ਨੰਬਰ ਅਤੇ ਰਿਲੇਸ਼ਨ, ਜੇ ਨੋ ਤਾਂ ਤਾਂ ਕੁਛ ਨਹੀਂ ਪਾਉਣ ਦੀ ਲੋੜ। ਅੱਗੇ ਜੇ ਤੁਸੀਂ ਪੁੱਛ ਰਹੇ ਹੋ ਕਿ ਅੱਗੇ ਤੁਸੀਂ ਪਾਕਿਸਤਾਨ ਵਿਜ਼ਿਟ ਕਰ ਚੁੱਕੇ ਹਾਂ, ਅਗਰ ਜੈਸ ਕਰਦੇ ਹਾਂ ਆਪਾਂ ਤਾਂ ਇੱਥੇ ਸਾਰੀ ਉਹ ਡਿਟੇਲ ਭਰਨੀ ਪਊਗੀ, ਅਤੇ ਜੇ ਨਹੀਂ ਵਿਜ਼ਿਟ ਕੀਤਾ ਤਾਂ ਨੋ, ਸੇਵ ਐਂਡ ਕੰਟੀਨਿਊ। ਓਕੇ, ਇੱਥੇ ਗਲਤੀ ਹੋ ਗਈ। ਐਡਰੈਸ ਤੋਂ ਬਾਅਦ 'ਚ ਪੁਲਿਸ ਸਟੇਸ਼ਨ ਨੇਮ ਵੀ ਇੱਥੇ ਲਿਖਣਾ ਜ਼ਰੂਰੀ ਆ, ਥਾਣਾ ਕਿਹੜਾ ਪੈਂਦਾ ਹੈ ਅਤੇ ਬਲੱਡ ਗਰੁੱਪ ਕੀ ਆ। ਯੈਸ, ਓਕੇ, ਇਹ ਕੁਝ ਉਹਨਾਂ ਡਿਟੇਲ, ਕ੍ਰਿਮੀਨਲ ਰਿਕਾਰਡ ਜਾਂ ਇੱਦਾਂ ਕੁਛ ਪੁੱਛਿਆ, ਇਹਦੇ ਵਿੱਚ ਲਗਭਗ ਤਾਂ ਨੋ ਹੀ ਹੋਵੇਗਾ, ਮੇਰੇ ਵੱਲੋਂ ਨੋ ਹੈ। ਨੈਕਸਟ, ਓਕੇ, ਹੁਣ ਜੇਕਰ ਤੁਸੀਂ ਗਰੁੱਪ ਵਿੱਚ ਟਰੈਵਲ ਕਰ ਰਹੇ ਹੋ ਤਾਂ ਇੱਥੇ ਡਿਟੇਲ ਦੇਣੀ ਪੈਣੀ ਹੈ ਕਿ ਕਿਹਦੇ ਨਾਲ ਅਤੇ ਕਿੱਦਾਂ ਜਾਣਾ। ਜਿੱਦਾਂ ਮੈਂ ਹੁਣ ਇੱਥੇ ਇੱਕ ਸਿਲੈਕਟ ਕਰਦਾ ਤਾਂ ਮੈਂਬਰ ਦਾ ਨਾਮ ਅਤੇ ਉਹਦਾ ਪਾਸਪੋਰਟ ਨੰਬਰ ਇੱਥੇ ਲਿਖਣਾ ਪੈਣਾ ਹੈ, ਪਰ ਜੇ ਮੈਂ ਇਕੱਲਾ ਜਾ ਰਿਹਾ ਤਾਂ ਮੈਨੂੰ ਇੱਥੇ ਕੁਛ ਵੀ ਲਿਖਣ ਦੀ ਲੋੜ ਨਹੀਂ। ਆਪਾਂ ਕਰਦੇ ਹਾਂ ਆਈ ਐਗਰੀ ਅਤੇ ਚੱਲਦੇ ਹਾਂ ਅੱਗੇ। ਓਕੇ, ਹੁਣ ਆਪਣੀ ਸਾਰੀ ਡਿਟੇਲ ਫਾਰਮ ਹੋ ਚੁੱਕਾ ਹੈ ਭਰ, ਅਤੇ ਡਿਟੇਲ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰ ਲੈਣਾ, ਆਪਣੇ ਪਾਸਪੋਰਟ ਨਾਲ ਮੈਚ ਕਰਕੇ ਦੇਖ ਲੈਣਾ। ਜੇ ਕੋਈ ਗਲਤੀ ਲੱਗਦੀ ਆ ਤੁਹਾਨੂੰ ਤਾਂ ਮੋਡੀਫਾਈ ਜਾਂ ਐਡਿਟ 'ਤੇ ਕਲਿੱਕ ਕਰਕੇ ਤੁਸੀਂ ਐਡਿਟ ਕਰ ਸਕਦੇ ਹੋ, ਚੇਂਜ ਕਰ ਸਕਦੇ ਹੋ। ਜੇ ਸਾਰਾ ਕੁਝ ਸਹੀ ਆ ਤਾਂ ਆਪਾਂ ਜਾਂਦੇ ਹਾਂ ਅੱਗੇ। ਓਕੇ,
ਹੁਣ ਇੱਥੇ ਉਹ ਕਹਿ ਰਿਹਾ ਕਿ ਇੱਕ ਪਾਸਪੋਰਟ ਸਾਈਜ਼ ਫੋਟੋ ਅਪਲੋਡ ਕਰਨੀ ਆ ਜਿਹਦਾ ਸਾਈਜ਼ 10 KB ਤੋਂ 300 KB ਦੇ ਵਿੱਚ ਵਿੱਚ ਹੋਊਗਾ। ਮੈਂ ਰੱਖੀ ਹੋਈ ਸੀ ਇੱਥੇ, ਹਾਂਜੀ ਆਪਦੇ ਪਾਸਪੋਰਟ ਸਾਈਜ਼ ਫੋਟੋ ਸਿਲੈਕਟ ਕਰ ਲਈ, ਪਾਸਪੋਰਟ ਸਾਈਜ਼ ਫੋਟੋ ਇੱਥੇ ਆ ਚੁੱਕੀ ਆ, ਸੇਵ ਐਂਡ ਕੰਟੀਨਿਊ ਕਰਦੇ ਹਾਂ। ਓਕੇ, ਅੱਗੇ ਉਹ ਮੰਗ ਰਿਹਾ ਪਾਸਪੋਰਟ ਦੀ ਫਰੰਟ ਸਾਈਡ ਜੋ PDF ਫੋਰਮੈਟ ਵਿੱਚ ਹੋਵੇ, PDF ਫੋਰਮੈਟ ਅਤੇ 500 KB ਤੋਂ ਘੱਟ ਹੋਵੇ। ਓਕੇ, ਫਰੰਟ ਸਾਈਡ ਮੈਂ ਰੱਖੀ ਹੋਈ ਆ, ਇੱਥੇ ਫਰੰਟ ਸਾਈਡ ਆ ਗਈ। ਉਸ ਤੋਂ ਬਾਅਦ 'ਚ ਬੈਕ ਸਾਈਡ, ਬੈਕ ਓਕੇ ਆ ਬੈਕ ਸਾਈਡ ਆ। ਹੁਣ ਦੋਨੇ ਫਾਈਲਾਂ ਅਪਲੋਡ ਕਰਕੇ ਤਾਂ ਮੈਂ ਸਬਮਿਟ ਕਰ ਦੇਣੀਆਂ। ਸਬਮਿਟ ਕਰਨ ਤੋਂ ਬਾਅਦ 'ਚ ਇਹ ਜਿਹੜਾ ਆ ਤੁਹਾਨੂੰ ਟੈਂਪਰੇਰੀ ਫਾਈਲ ਨੰਬਰ ਮਿਲਿਆ ਹੋਇਆ ਆ। ਸਬਮਿਟ ਕਰਨ ਤੋਂ ਬਾਅਦ ਜਿਹੜਾ ਟੈਂਪਰੇਰੀ ਫਾਈਲ ਨੰਬਰ ਮਿਲਿਆ ਹੋਇਆ ਆ ਤੁਹਾਨੂੰ, ਇਸਦਾ ਤੁਸੀਂ ਇੱਕ ਪ੍ਰਿੰਟ ਆਊਟ ਨਿਕਾਲ ਲੈਣਾ, ਕੱਢ ਲੈਣਾ ਹੈ, ਅਤੇ ਇੱਕ ਤੁਹਾਨੂੰ SMS ਜਾਂ ਈਮੇਲ ਆ ਜਾਊਗੀ ਕਿ ਤੁਹਾਡਾ ਰਜਿਸਟ੍ਰੇਸ਼ਨ ਸਹੀ ਹੋ ਚੁੱਕੀ ਆ। ਅਤੇ ਕਦੋਂ ਨੂੰ ਤੁਸੀਂ ਜਾਣਾ ਹੈ ਉਹਦੇ 2 ਜਾਂ 3 ਦਿਨ ਪਹਿਲਾਂ ਤੁਹਾਨੂੰ ਇੱਕ ਮੇਲ ਜਾਂ SMS ਆ ਜਾਊਗਾ। ਰਜਿਸਟ੍ਰੇਸ਼ਨ ਕੰਪਲੀਟ ਹੋਣ ਤੋਂ ਬਾਅਦ 'ਚ ਹੁਣ ਤੁਸੀਂ ਜਾਣਾ ਆ ਕਰਤਾਰਪੁਰ। ਕਰਤਾਰਪੁਰ ਨੂੰ ਤੁਸੀਂ ਜਦੋਂ 4 ਦਿਨ ਪਹਿਲਾਂ ਆਊਗਾ ਮੈਸੇਜ ਜਾਂ ਈਮੇਲ, ਅਤੇ ਉਸ ਤੋਂ ਬਾਅਦ 'ਚ ਤੁਸੀਂ ਉੱਥੇ 9 ਤੋਂ ਸਵੇਰ ਦੇ 9 ਤੋਂ ਸ਼ਾਮ ਦੇ 5 ਵਜੇ ਤੱਕ ਜਾ ਸਕਦੇ ਹੋ। ਸ਼ਾਮ ਦੇ 3 ਵਜੇ ਤੱਕ ਤੁਸੀਂ ਉੱਥੇ ਐਂਟਰ ਕਰ ਸਕਦੇ ਹਾਂ ਪਾਕਿਸਤਾਨ ਦੇ ਵਿੱਚ, ਅਤੇ ਉਸ ਤੋਂ ਬਾਅਦ 'ਚ ਸ਼ਾਮ ਨੂੰ 5 ਵਜੇ ਤੱਕ ਵਾਪਸ ਆਉਣਾ ਹੀ ਆਉਣਾ ਹੈ। ਅਤੇ ਦੂਸਰੀ ਗੱਲ, ਉੱਥੇ ਕੋਈ ਗੱਡੀ, ਪਰਸਨਲ ਗੱਡੀ ਨਹੀਂ ਜਾ ਸਕਦੀ, ਉਹ ਇੰਡੀਆ ਦੀ ਸਾਈਡ ਹੀ ਇਹ ਪਾਰਕਿੰਗ ਵਿੱਚ ਲੱਗ ਜਾਊਗੀ। ਉਸ ਤੋਂ ਬਾਅਦ 'ਚ ਫਿਰ ਕੋਰੀਡੋਰ 'ਤੇ ਜੋ ਵੀ ਇਮੀਗ੍ਰੇਸ਼ਨ ਹੈ ਉੱਥੇ, ਇਮੀਗ੍ਰੇਸ਼ਨ ਹੋਣ ਤੋਂ ਬਾਅਦ 'ਚ ਪਾਕਿਸਤਾਨ ਦੀ ਸਾਈਡ ਜਾ ਕੇ ਬੱਸਾਂ ਲੱਗੀਆਂ ਹੋਈਆਂ ਆ ਜਿਹੜੀਆਂ ਉੱਥੋਂ ਤੁਹਾਨੂੰ ਲੈ ਕੇ ਉਹ ਗੁਰਦੁਆਰੇ ਤੱਕ ਲੈ ਕੇ ਜਾਣਗੀਆਂ, ਅਤੇ ਗੁਰਦੁਆਰੇ ਤੋਂ ਵਾਪਸ ਲਿਆ ਕੇ ਉੱਥੇ ਛੱਡਣਗੀਆਂ, ਅਤੇ ਉੱਥੋਂ ਫਿਰ ਵਾਪਸ ਕਰੋਸਿੰਗ ਕਰਕੇ ਆਪਣੀ ਇੰਡੀਆ ਸਾਈਡ ਤੁਸੀਂ ਆ ਸਕਦੇ। ਅਤੇ ਹੁਣ ਜਿਹੜੀ ਉਹ ਗੱਲ ਆਉਂਦੀ ਆ ਕਿ ਪਾਸਪੋਰਟ ਅਤੇ ਸਟੈਂਪ ਦੀ ਗੱਲ, ਪਾਸਪੋਰਟ ਜ਼ਰੂਰੀ ਆ ਰਜਿਸਟ੍ਰੇਸ਼ਨ ਵਾਸਤੇ, ਉੱਥੇ ਲੈ ਕੇ ਜਾਣ ਵਾਸਤੇ, ਪਰ ਉੱਥੇ ਕੋਈ ਸਟੈਂਪ ਨਹੀਂ ਲੱਗਦੀ। ਇੱਕ ਸਲਿੱਪ ਆ ਜੋ ਦੇ ਦਿੱਤੀ ਜਾਂਦੀ ਹੈ, ਅਤੇ ਬਾਅਦ ਵਿੱਚ ਜਦੋਂ ਵਾਪਸ ਆਉਂਦੇ ਆ ਗੁਰਦੁਆਰੇ ਤੋਂ ਹੋ ਕੇ ਮੱਥਾ ਟੇਕ ਕੇ, ਅਤੇ ਉਹ ਉੱਥੇ ਵਾਪਸ ਲਈ ਜਾਂਦੀ ਆ, ਉਹ ਰਸੀਦ ਉਹ ਸਲਿੱਪ ਨੂੰ ਸਾਂਭ ਕੇ ਰੱਖਣਾ ਪੈਂਦਾ। ਹੁਣ ਗੱਲ ਆਉਂਦੀ ਆ ਫੀਸ ਦੀ, ਜੋ $20 ਫੀਸ ਲਗਾਈ ਗਈ ਆ ਉਹ ਫੀਸ ਪਾਕਿਸਤਾਨ ਵਿੱਚ ਜਦੋਂ ਐਂਟਰ ਕਰਨਾ ਆ, ਇਮੀਗ੍ਰੇਸ਼ਨ ਹੋਣੀ ਆ ਉੱਥੇ, ਤਾਂ ਉੱਥੇ ਉਹ $20 ਫੀਸ ਲਈ ਜਾਣੀ ਆ। ਇੰਡੀਆ ਦੀ ਸਾਈਡ ਅਤੇ ਪਾਕਿਸਤਾਨ ਦੀ ਸਾਈਡ, ਦੋਨਾਂ ਸਾਈਡ 'ਤੇ ਤੁਸੀਂ ਮਨੀ ਐਕਸਚੇਂਜ ਕਰਾ ਸਕਦੇ ਹੋ, ਕੋਈ ਵੱਡੀ ਖਾਸ ਗੱਲ ਨਹੀਂ ਗੀ, ਅਤੇ ਉੱਥੇ ਦੋਨੇ ਸਾਈਡ ਤੁਸੀਂ ਮਨੀ ਐਕਸਚੇਂਜ ਕਰਾ ਸਕਦੇ, ਪਰ ਉੱਥੇ ਰੇਟ ਕਮਿਸ਼ਨ ਜ਼ਿਆਦਾ ਹੋ ਸਕਦਾ, ਇਸ ਲਈ ਕਿਤੇ ਬਾਹਰੋਂ ਇਹ ਕਰਾ ਕੇ ਜਾਓ ਤਾਂ ਜ਼ਿਆਦਾ ਵਧੀਆ। ਇੱਕ ਇਹ ਜੋ ਲਿਜਾ ਸਕਦੇ ਹਾਂ ਕਿ ਆਪਾਂ ਸਾਗ ਨਾਲ ਕੀ ਲਿਜਾ ਸਕਦੇ ਹਾਂ, 7 ਕਿਲੋ ਤੱਕ ਦਾ ਵੇਟ ਆਪਾਂ ਨਾਲ ਲੈ ਕੇ ਜਾ ਸਕਦੇ, ਪਰ ਗੁਰਦੁਆਰੇ ਜਾਣਾ ਉੱਥੇ ਆਪਾਂ ਕੀ ਲੈ ਕੇ ਜਾਣਾ ਹੈ। ਅਤੇ ਦੂਸਰਾ ਕੁਛ 11,000 ਤੱਕ ਕਰੰਸੀ ਵੀ, ਇੰਡੀਅਨ ਕਰੰਸੀ ਵੀ ਤੁਸੀਂ ਲਿਜਾ ਸਕਦੇ ਹਾਂ, ਉੱਥੇ ਦੁਕਾਨਾਂ ਆ ਆਮ ਗੁਰਦੁਆਰੇ ਦੇ ਲਾਗੇ ਛਾਗੇ, ਅਤੇ ਉੱਥੋਂ ਤੁਸੀਂ ਜਾ ਕੇ ਸ਼ੋਪਿੰਗ ਕਰ ਸਕਦੇ ਹਾਂ। ਇੰਡੀਅਨ ਕਰੰਸੀ ਵੀ ਉੱਥੇ ਲਈ ਜਾਂਦੀ ਆ, ਅਤੇ ਬਾਕੀ ਪਾਸਪੋਰਟ ਚਾਹੀਦਾ ਹੈ, ਪਰ ਉੱਤੇ ਕੋਈ ਸਟੈਂਪ ਨਹੀਂ ਲੱਗਦੀ। ਅਤੇ ਜਦੋਂ ਜਾਣਾ ਆ ਉੱਥੋਂ, ਇਮੀਗ੍ਰੇਸ਼ਨ ਹੋ ਕੇ 1.5 ਘੰਟਾ ਇੰਡੀਆ ਦੇ ਅੰਦਰ ਇਮੀਗ੍ਰੇਸ਼ਨ ਹੁੰਦੀ ਆ, ਚੈਕਿੰਗ ਹੁੰਦੀ ਆ ਸਾਰੀ, ਉਸ ਤੋਂ ਬਾਅਦ ਪਾਕਿਸਤਾਨ ਦੀ ਸਾਈਡ 'ਤੇ ਚੈਕਿੰਗ ਹੁੰਦੀ ਆ, ਇਹ ਫੀਸ ਅਦਾ ਹੁੰਦੀ ਆ ਜਾਂ ਜੋ ਵੀ ਹੈਗਾ, ਅਤੇ ਉਸ ਤੋਂ ਬਾਅਦ 'ਚ ਅੱਧਾ ਪੌਣਾ ਘੰਟਾ ਉੱਥੇ ਲੱਗ ਜੂਗਾ, ਅਤੇ ਉਸ ਤੋਂ ਬਾਅਦ 'ਚ ਗੱਡੀਆਂ ਆ ਜੋ ਅੱਗੇ ਲੈ ਕੇ ਜਾਂਦੀਆਂ ਆ ਗੁਰਦੁਆਰੇ ਤੱਕ, ਜੋ ਫਰੀ ਆਫ ਕੋਸਟ ਆ, ਅਤੇ ਉਹ ਗੁਰਦੁਆਰੇ ਵੱਲੋਂ ਪਾਕਿਸਤਾਨ ਸਰਕਾਰ ਵੱਲੋਂ ਲਗਾਈਆਂ ਗਈਆਂ। ਅਤੇ ਉਸ ਤੋਂ ਬਾਅਦ 'ਚ ਤੁਸੀਂ, ਹਾਂ, ਗੁਰਦੁਆਰੇ ਦੀ ਫੈਰਨੀ ਤੋਂ ਬਾਹਰ ਤੁਸੀਂ ਨਹੀਂ ਜਾ ਸਕਦੇ, ਸਿਰਫ ਦੀ ਸਿਰਫ
ਗੁਰਦੁਆਰੇ ਦੇ ਅੰਦਰ ਅੰਦਰ ਰਹਿ ਸਕਦੇ ਹਾਂ, ਉੱਥੇ ਜੋ ਕੋਰੀਡੋਰ ਬਣਾਇਆ ਗਿਆ ਆ ਉਹਦੇ ਅੰਦਰ ਅੰਦਰ ਰਹਿ ਸਕਦੇ ਹਾਂ, ਗੁਰਦੁਆਰੇ ਤੋਂ ਬਾਹਰ ਨਹੀਂ ਜਾ ਸਕਦੇ। ਬਾਕੀ ਉੱਥੇ ਪਾਕਿਸਤਾਨੀ ਆਉਂਦੇ ਆ, ਪਾਕਿਸਤਾਨੀ ਲੋਕ ਉੱਥੇ ਦੁਕਾਨਦਾਰੀ ਕਰਦੇ ਆ, ਦੁਕਾਨਾਂ ਆ ਉਹਨਾਂ ਦੀਆਂ, ਮਿਲੋ ਉਹਨਾਂ ਨੂੰ, ਗੱਲਬਾਤ ਕਰੋ, ਕੋਈ ਚੱਕਰ ਨਹੀਂ ਗਾ। ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਤੱਕ ਵਾਪਸੀ ਕਰਨੀ ਜ਼ਰੂਰੀ ਆ। ਸਵੇਰ ਦੇ 9 ਵਜੇ ਤੋਂ ਜਾ ਕੇ ਸ਼ਾਮ ਦੇ 5 ਵਜੇ ਤੱਕ ਉੱਥੋਂ ਵਾਪਸੀ ਕਰਨੀ ਜ਼ਰੂਰੀ ਆ। ਜੋ 11,000 ਰੁਪਏ ਦੀ ਗੱਲ ਕੀਤੀ ਗਈ ਆ, ਉਹ ਜ਼ਰੂਰੀ ਨਹੀਂ ਤੁਸੀਂ 11,000 ਹੀ ਲੈ ਕੇ ਜਾਣਾ ਆ, ਤੁਸੀਂ ਘੱਟ ਵੀ ਜਿੰਨਾ ਵੀ ਤੁਸੀਂ ਲਿਜਾਣਾ ਚਾਹੋਗੇ, ਜੋ ਵੀ ਤੁਸੀਂ ਖਰਚਾ, ਯਾਨੀ ਕਿ ਵੱਧ ਤੋਂ ਵੱਧ ਤੁਸੀਂ ਉੱਥੇ ਕੀ ਲਿਜਾ ਸਕਦੇ ਹੋ 11,000 ਰੁਪਇਆ ਆ। ਅਤੇ ਹੋਰ ਹਾਂ, ਪਾਸਪੋਰਟ 'ਤੇ ਕੋਈ ਸਟੈਂਪ ਨਹੀਂ ਲੱਗਦੀ, ਨਾ ਹੀ ਤੁਹਾਡਾ ਪਾਸਪੋਰਟ ਰੱਖਿਆ ਜਾਂਦਾ, ਉਹ ਤੁਹਾਡੇ ਕੋਲ ਰਹਿੰਦਾ ਆ, ਅਤੇ ਤੁਸੀਂ ਪਰਚੇਜ਼ ਕਰ ਸਕਦੇ ਹਾਂ। ਪਾਕਿਸਤਾਨ ਦੇ ਵਿੱਚ ਇੰਟਰ ਕਰਦੇ ਸਾਰ ਵੀ ਉਹ ਡੋਲਰ ਪਰਚੇਜ਼ ਕਰ ਸਕਦੇ ਹਾਂ, ਅਤੇ ਇੰਡੀਆ ਦੇ ਸਾਈਡ ਵੀ ਡੋਲਰ ਪਰਚੇਜ਼ ਕੀਤੇ ਜਾ ਸਕਦੇ ਆ। ਉੱਥੇ ਜੋ ਪਾਕਿਸਤਾਨ ਦੀ ਫੀਸ ਆ $20, ਉਹ ਡੋਲਰ ਵਿੱਚ ਹੀ ਉਹਨਾਂ ਨੇ ਲੈਣੀ ਆ, ਨਾ ਕਿ ਉੱਥੇ ਰੁਪਈਏ ਜਾਂ ਹੋਰ ਕਰੰਸੀ ਵਿੱਚ, ਸਿਰਫ ਡੋਲਰ US ਡੋਲਰ ਵਿੱਚ ਹੀ $20 ਅਦਾ ਕਰਨੇ ਪੈਣੇ ਆ। ਸੋ ਆਪਣੇ $20 ਲੈ ਕੇ ਜਾਣਾ। ਰਜਿਸਟ੍ਰੇਸ਼ਨ ਹੋ ਗਈ, ਰਜਿਸਟ੍ਰੇਸ਼ਨ ਪਾਸਪੋਰਟ ਹੋ ਗਿਆ, ਕਿਵੇਂ ਜਾਣਾ ਹੈ ਉੱਥੇ, ਫੀਸ $20 ਦੀ ਹੈ, ਕੀ ਵੇਟ ਲੈ ਕੇ ਜਾਣਾ, ਸਾਰਾ ਕੁਛ ਕਲੀਅਰ ਹੋ ਗਿਆ। ਅਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਤਦ ਤੱਕ ਲਈ ਰੱਬ ਰੱਖਾ।